ਕਮੇਟੀ ਦੇ ਚੜੇ ਨਾ ਹਾਂ ਐਵੇਂ ਤਾਂ ਨਹੀਂ ਇਹਨੇ ਤਾਂ ਨਹੀਂ ਕਿਸੇ ਚਾੜ ਦਿੱਤੀ ਸਾਡਾ ਕੋਈ ਕਿਸੇ ਨਾਲ ਇਖਤਲਾਫ ਨਹੀਂ ਸਾਡਾ ਇਖਤਲਾਫ ਹੈ ਸਿਰਫ ਕੰਪਨੀ ਦੇ ਨਾਲ ਕਿ ਆਪਣਾ ਮਿਆਰ ਠੀਕ ਕਰੇ ਆਪਣੀ ਕੁਆਲਿਟੀ ਬਿਹਤਰ ਕਰੇ ਜ਼ਮੀਨਦਾਰਾਂ ਕੋਲੋਂ ਪੈਸੇ ਅਸੀਂ ਜ਼ਮੀਨਦਾਰ ਬੜੇ ਔਖੇ ਪੈਸੇ ਕਮਾਉਂਦੇ ਹਾਂ ਦਿਨ ਰਾਤ ਖੱਜਲ ਖਰਾਬ ਹੋ ਕੇ ਪੈਸਾ ਕਮਾਉਂਦੇ ਹਾਂ ਔਰ ਉਸ ਤੋਂ ਬਾਅਦ ਅਗਰ ਅਸੀਂ ਚੀਜ਼ ਲੈ ਲੈਂਦੇ ਹਾਂ ਜੋ ਉਹਦਾ ਮਿਆਰ ਹੀ ਠੀਕ ਨਾ ਹੋਵੇ ਫਿਰ ਦੁੱਖ ਲੱਗਦਾ ਜਾਣੀ ਫਿਰ ਅਸੀਂ ਉਹਨੂੰ ਛੋੜ ਕੇ ਕੋਸ਼ਿਸ਼ ਕਰਦੇ ਹਾਂ ਯਾਰ ਕਿਸੇ ਹੋਰ ਕੰਪਨੀ ਨਾਲ ਲੈ ਕੇ ਲੈਵੀਏ ਕੋਈ ਚੀਜ਼ ਲੈਵੀਏ ਜਿਹਦਾ ਮਿਆਰ ਤਾਂ ਕਮ ਅਜ਼ ਕਮ ਠੀਕ ਹੋਵੇ ਔਰ ਇਹ ਬੁੱਲ ਪਾਵਰ ਟਰੈਕਟਰ ਉਹ ਮਿਲਤ ਦੀ ਬਨਿਸਬਤ ਇਹ ਟਰੈਕਟਰ ਘੱਟ ਆਏ ਪਰ ਇਹਨਾਂ ਦਾ ਮਿਆਰ ਹੈ ਅੱਜ ਤੱਕ ਅਸੀਂ ਕੋਈ ਬੁੱਲ ਪਾਵਰ ਟਰੈਕਟਰ ਪੁੱਜਿਆ ਤਾਂ ਐਕਸੀਡੈਂਟ ਹੁੰਦਾ ਨਹੀਂ ਰੱਖਿਆ ਵਿੱਚ ਜਿਹਦੇ ਨਾਲ ਐਕਸੀਡੈਂਟ ਹੋਵੇ ਉਹ ਰੁਕ ਜਾਏ ਮਿਕਦਾਰ ਘੱਟ ਹੈ ਮਿਆਰ ਜ਼ਿਆਦਾ ਮਿਆਰ ਅੱਛਾ ਜਨਾਬੇ ਸਦਰ ਮੇਰਾ ਹੁਣ ਸਵਾਲ ਤੁਹਾਡੇ ਨਾਲ ਇਹ ਕਿ ਤੁਸੀਂ ਅੱਜ ਇਹ ਦੋਨੇ ਕੰਪਨੀਆਂ ਖੜੀਆਂ ਕਰ ਦਿੱਤੀਆਂ ਪਹਿਲੇ ਵੀ ਲੋਕ ਅਜ਼ਮਾਏ ਹੋਣਗੇ ਆਪਣੇ ਦੌਰ ਦੇ ਤੁਸੀਂ ਅੱਜ 100% ਹੱਕ ਦੀ ਗੱਲ ਤੇ ਇਹਨਾਂ ਨੂੰ ਸਾਹਮਣੇ ਜ਼ਾਹਿਰ ਕਰੋਗੇ ਜੀ ਜ਼ਰੂਰ ਕਰਾਂਗੇ ਜੀ ਜ਼ਰੂਰ ਕਰਾਂਗੇ ਅੱਛੀ ਗੱਲ ਹੈ ਜੀ ਕਿਉਂਕਿ ਇਹ ਨਵਾਂ 0 ਮੀਟਰ ਟਰੈਕਟਰ ਆਇਆ ਯਾ ਅਜੇ ਤੱਕ ਕੰਪਨੀ ਦੁਆਰਾ ਕਿਸੇ ਦਾ ਰਨਿੰਗ ਵੀ ਨਹੀਂ ਹੋਈ ਯਾ ਔਰ ਇਸ ਉੱਤੇ ਅੱਜ ਅਸੀਂ ਡਿਸਕਾਊਂਟ ਵੀ ਪਾਵਾਂਗੇ ਯਾ ਇਹਨੂੰ ਟੋਚੈਨ ਤੇ ਵੀ ਅਸੀਂ ਪਾਣਾ ਸਹੀ ਕਾਰਕਰਦਗੀ ਸਾਹਮਣੇ ਆਵੇ ਸੀ ਸਾਰਿਆਂ ਦੀ ਇਹਨਾਂ ਦਾ ਦੋਵਾਂ ਦਾ ਆਪਸ ਵਿੱਚ ਚੋਸ਼ਣ ਵੀ ਕਰਨਾ ਕਰਾਂਗੇ ਜ਼ਰੂਰ ਕਰਾਂਗੇ ਇਹ ਰਵਾਇਤੀ ਹਰੀਫ ਰਵਾਇਤੀ ਆਪਸ ਵਿੱਚ ਮਤਲਬ ਦੋਵੇਂ ਤਾਕਤ ਇੱਕੋ ਹੈ ਟਾਇਰ ਦਾ ਸਾਈਜ਼ ਇੱਕੋ ਹੈ ਇੰਜਨ ਦਾ ਸਾਈਜ਼ ਇੱਕੋ ਹੈ ਪਿਸਟਨ ਇੱਕੋ ਹੈ ਫੋਰ ਸਾਈਜ਼ ਇੱਕੋ ਯਾ ਸੇਮ ਲੰਬਾਈ ਚੌੜਾਈ ਸਾਰਿਆਂ ਦੀ ਸੇਮ ਹੈ ਸਿਰਫ ਫਰਕ ਇਹ ਵੀ ਉੱਤੇ ਮੌਕੇ ਦੇ ਉੱਤੇ ਤੇ ਉਹਨਾਂ ਦੇ ਮੋਨੋਗ੍ਰਾਮ ਦਾ ਫਰਕ ਮਤਲਬ ਹੈ ਕਿ ਜੋ ਹੱਕ ਸੱਚ ਦਾ ਫੈਸਲਾ ਹੋਏਗਾ ਅੱਜ ਤੁਸੀਂ ਜ਼ਾਹਿਰ ਕਰੋਗੇ ਜ਼ਰੂਰ ਕਰਾਂਗੇ ਇਹ ਕੁਝ ਹੈ ਜੀ ਜ਼ਰੂਰ ਕਰਾਂਗੇ ਇਹਦੇ ਤੇ ਹੁਣ ਮੁੱਤਫਕ ਜਿਹੜਾ ਹੋਣਾ ਚਾਹੀਦਾ ਬਿਲਕੁਲ ਜ਼ਰੂਰ ਕਰਾਂਗੇ ਠੀਕ ਮਤਲਬ ਨਸੀਰ ਸਾਹਿਬ ਅਸਲਾਮ ਅਲੈਕੁਮ ਕਿਸੇ ਦੋਸਤ ਨੇ ਤੁਹਾਡੇ ਖਰੀਦਾਰ ਨੇ ਕੋਈ ਆ ਕੇ ਤੁਹਾਨੂੰ ਕੋਈ ਮੇਨ ਗਿਲਾ ਦਿੱਤਾ ਹੈ ਕਿ ਹੈ ਕਿ ਫਲਾਂ ਹੋ ਗਿਆ ਅੱਜ ਤੱਕ ਕੋਈ ਗਿਲਾ ਨਹੀਂ ਮਿਲਿਆ ਮੈਨੂੰ ਸਭ ਤੋਂ ਪਹਿਲੇ ਮੈਂ ਜਿਹੜਾ ਕਿਸਾਨ ਅਗਾਈ ਪ੍ਰੋਗਰਾਮ ਰੱਖਿਆ ਵੇ ਚੌਧਰੀ ਅਫਗਾਨ ਦੇ ਵਿੱਚ ਮੌਕਾ ਦਿੱਤਾ ਜਾਣਾ ਚਾਹੀਦਾ ਵੇ ਕਿ ਉਹ ਕਿਸਾਨ ਦੀ ਹਿੰਮਤ ਕਰਨ ਜਿਸ ਤਰ੍ਹਾਂ ਕਿ ਹਮਸਾਇਆ ਮੁਲਕ ਦੇ ਵਿੱਚ 25 ਕੰਪਨੀਆਂ ਜਿਹੜੀਆਂ ਨੇ ਉਹ ਕੰਮ ਕਰ ਰਹੀਆਂ ਨੇ ਔਰ ਬਿਹਤਰ ਕਿਸਾਨ ਨੂੰ ਉੱਥੇ ਜਿਹੜਾ ਨੇ ਉਹ ਸਹੂਲੀਅਤ ਮਿਲ ਰਹੀਆਂ ਨੇ ਔਰ ਉੱਥੇ ਦਾ ਕਿਸਾਨ ਤਰੱਕੀ ਕਰ ਰਿਹਾ ਲੇਕਿਨ ਇੱਥੇ ਦਾ ਜਿਹੜਾ ਕਿਸਾਨ ਹੈ ਉਹ ਥੱਲੇ ਜਾ ਰਿਹਾ ਨੇ ਉਹ ਕਿਸ ਤਰ੍ਹਾਂ ਥੱਲੇ ਜਾ ਰਿਹਾ ਵੇ ਉਹ ਨਾਕਸ ਮਟੀਰੀਅਲ ਦੀ ਵਜ੍ਹਾ ਦੇ ਨਾਲ ਟਰੈਕਟਰਾਂ ਦੇ ਵਿੱਚ ਥੱਲੇ ਜਾ ਰਿਹਾ ਵੇ ਔਰ ਇੱਕ ਟਰੈਕਟਰ ਦੀ ਗੱਲ ਨਹੀਂ ਇੱਥੇ ਇਹ ਪ੍ਰੋ ਜਿਹੜਾ ਟਰੈਕਟਰ ਤੁਸੀਂ ਨਿਊ ਖਰੀਦਿਆ ਜੀ ਔਰ ਇਹਦੀ ਤੁਹਾਨੂੰ ਮੁਬਾਰਕ ਜੀ ਪਹਿਲੇ ਤਾਂ ਸਾਡੇ ਵੱਲੋਂ ਔਰ ਤੁਹਾਡੀ ਟੀਮ ਦੇ ਵੱਲੋਂ ਔਰ ਇਹ ਗਾਜ਼ੀ ਟਰੈਕਟਰ ਦੇ ਮੁਕਾਬਲੇ ਚਾਹੀਏ ਕਿ ਇਸ ਤੋਂ ਪਾਵਰ ਹੈ ਜੀ 60 ਜਾਂ 65 ਦੇ ਵਿੱਚ ਦੋਵੇਂ ਕੈਟਾਗਰੀ ਦੇ ਟਰੈਕਟਰ ਦੇ ਦਿੰਦੇ ਨੇ ਲੇਕਿਨ ਇਸ ਨੂੰ ਗਾਜ਼ੀ ਦੇ ਟਾਇਰ ਵਗੈਰਾ ਜਾਂ ਸਾਰਾ ਕੁਝ ਟਾਇਰ ਮੈਂ ਇਹਦਾ ਵੀ ਯੂਜ਼ਰ ਹਾਂ ਇਹ ਸਾਡੇ ਕੋਲ 2003 ਮਾਡਲ ਹੈ ਮੈਂ ਯੂਨੀਵਰਸਲ ਨੀਲੇ ਕਲਰ ਅਤੇ ਇਹ ਅਸੀਂ ਦੁਬਾਰਾ ਅਤੇ ਅਸੀਂ ਕੋਈ ਛੁਪਾਉਣ ਨਹੀਂ ਆਏ ਕੋਈ ਚੀਜ਼ ਜੀ ਅਸੀਂ ਹਰ ਉਹ ਚੀਜ਼ ਜਿਹੜੀ ਹੈ ਉਹ ਅਸੀਂ ਹਾਈਲਾਈਟ ਕਰਦੇ ਹਾਂ ਚਾਹੇ ਫੁੱਲ ਪਾਵਰ ਵੀ ਚਾਹੇ ਕਿਸੇ ਹੋਰ ਟਰੈਕਟਰ ਦੇ ਕੋਈ ਹੈ ਕਿ ਜਿਹੜੇ ਉੱਥੇ ਵਰਕਰ ਹੁੰਦੇ ਨੇ ਉਹਨਾਂ ਨੂੰ ਉੱਤੇ ਸਖਤੀ ਕਰਨ ਦੀ ਜ਼ਰੂਰਤ ਹੈ ਜਿਹੜੀਆਂ ਕਮੀਆਂ ਜੁੜੀਆਂ ਹੁੰਦੀਆਂ ਕਿਸਾਨ ਇੱਕ ਜਿਹੜਾ ਲੱਖਾਂ ਰੁਪਏ ਦਿੰਦਾ ਔਰ ਉਸਦਾ ਜਿਹੜਾ ਕਿਸੇ ਜਗ੍ਹਾ ਪੇਂਟ ਮਿਸ ਹੋਇਆ ਵਾ ਕੋਈ ਛੋਟਾ ਲੀਵਰ ਨਹੀਂ ਕੰਮ ਕਰ ਰਿਹਾ ਕਿਸੇ ਆਇਲ ਕੰਮ ਪਾਇਆ ਵਿੱਚ ਉਹ ਕੰਪਨੀ ਨੂੰ ਇੰਨਾ ਨਹੀਂ ਹੁੰਦਾ ਜਿੱਦਾਂ ਕਿ ਉਹਨਾਂ ਦੇ ਵਰਕਰ ਲੇਕਿਨ ਉਹਨਾਂ ਦੇ ਜਿਹੜੇ ਹੈਡ ਨੇ ਉਹਨਾਂ ਨੂੰ ਚਾਹੀਦਾ ਇਸ ਨੂੰ ਕੁਆਲਿਟੀ ਆਪਣੀ ਨੂੰ ਚੈੱਕ ਟਰੈਕਟਰ ਗਲਤ ਹੋਣਾ ਚਾਹੀਦਾ ਕੁਆਲਿਟੀ ਚੈੱਕ ਕਰਨ ਟਰੈਕਟਰ ਜਿਹੜਾ ਉਹ ਗ੍ਰੇ ਦੀ ਰਿਪੋਰਟ ਜਿਹੜਾ ਬੰਦਾ ਬਣਾ ਰਿਹਾ ਉਹਨੂੰ
ਥਾਰੋਲੀ ਚੈੱਕ ਕਰਾਇਆ ਕਿ ਟੈਕਸਟ ਵੀ ਮੈਂ ਕਿਹ ਦੇ ਰਿਹਾ ਕਿ ਸਜਾ ਟ੍ਰੇਨ ਡੈਮੇਜ ਹੋਏ ਆ ਜਾਂ ਕੋਈ ਮਸਲੇ ਮਸਾਇਲ ਇਸ ਟੈਕਸਟ ਕਾਫੀ ਛੋਟੇ ਛੋਟੇ ਮਸਲੇ ਅਸੀਂ ਦੇਖਦੇ ਹਾਂ ਇਨ ਸ਼ਾਅ ਅੱਲਾਹ ਖੁਦ ਇੱਕ ਰਿਵਿਊ ਬਣਾ ਕੇ ਚਾਰਟ ਦੇ ਉਹਦਾ ਔਰ ਕੰਪਨੀ ਨੂੰ ਵੀ ਅਸੀਂ ਸੈਂਡ ਕਰਾਂਗੇ छोटा मोटा फायदा लैण किसानां दा नुकसान अलहम्दुलिल्लाह बाकी असीं ज्यादा आटो नूं यूज कीते आ किसान आटो ਮਾਲੂਮਾਤ